ਗੁਰੂ ਨੂੰ ਲੈ ਕੇ ਗੱਲ ਕਰੋਗੇ ਤੁਸੀਂ ਆਪਣੇ ਫਾਦਰ ਸਾਹਿਬ ਦੀ ਹੈਨਾ ਪੋਸਟ ਜਿਹੜੀ ਸ਼ੇਅਰ ਕੀਤੀ ਸੀ ਜਦੋਂ ਮੈਨੂੰ ਲੱਗਾ ਗੁਰੂਪੁਰਬ ਦੀ ਨਾਸਿਕ ਹੈਨਾ ਸੋ ਤੁਸੀਂ ਹਜੇ ਵੀ ਇੰਨਾ ਤੁਹਾਨੂੰ ਟਾਈਮ ਹੋ ਗਿਆ ਇੰਡਸਟਰੀ ਦੇ ਵਿੱਚ ਅਸੀਂ ਉਸ ਟਾਈਮ ਦੇ ਵਿੱਚ ਤੁਹਾਨੂੰ YouTube ਤੇ ਦੇਖਿਆ ਹੋਇਆ ਹੈ ਤੁਹਾਨੂੰ ਗਾਣਿਆਂ ਦੇ ਵਿੱਚ ਫੀਚਰ ਹੁੰਦਾ ਦੇਖਿਆ ਹੈ ਨਾ ਜਦੋਂ ਨਵੀਂ ਨਵੀਂ ਇਹਦਾ ਕਹਿਣਾ ਕਿ ਛੋਟੇ ਹੁੰਦੇ ਤੋਂ ਦੇਖਦੇ ਦੇਖਦੇ ਹੈ ਨਾ ਪਤਾ ਚੱਲੇ ਪਤਾ ਚੱਲੇ ਮੈਨੂੰ ਕੋਲ ਤਾਂ ਛੋਟੀ ਜੀ ਹੁੰਦੀ ਸੀ ਉਦੋਂ ਦੀ ਦੇਖਦੀ ਸੀ ਬੈਠੀ ਨਾ ਸੀਗਾ ਹੈ ਨਾ ਕਿ ਜੈਲੀ ਉਹਨਾਂ ਦੇ ਗਾਣੇ ਆ ਜਾਂ ਹੋਰ ਆਰਟਿਸਟ ਹੈਗੇ ਆ ਤੁਸੀਂ ਬਹੁਤ ਸਾਰੇ ਹਾਰਤਿਕੇ ਨਾਲ ਬਹੁਤ achhi achhi videos ਹੋਰ ਉਸ ਵੇਲੇ ਮਜ਼ਾ ਆਂਦਾ ਸੀ ਕੁਝ ਨਵਾਂ ਸੀਗਾ ਸਾਡੇ ਲਈ ਹੈ ਨਾ ਉਹ ਚੀਜ਼ਾਂ ਦੇਖਦੇ ਸੀ ਬਟ ਤੁਸੀਂ ਸਿੱਖਦੇ ਆ ਰਹੇ ਹੋ ਹਜੇ ਤੱਕ ਤੁਸੀਂ ਅਜੇ ਵੀ ਆਪਣੇ ਗੁਰੂ ਜੀ ਆਪਣੇ ਫਾਦਰ ਸਾਹਿਬ ਨੂੰ ਹੈ ਨਾ ਇੰਨੀ ਰਿਸਪੈਕਟ ਦਿੰਦੇ ਹੋ ਸਿਰਫ ਇਹ ਨਹੀਂ ਕਿ ਤੁਹਾਡੇ ਫਾਦਰ ਸਾਹਿਬ ਹੈ ਬਟ ਇਹ ਕਿ ਤੁਹਾਨੂੰ ਸਿਖਾਇਆ ਉਹਨਾਂ ਨੇ ਸੋ ਇਹ ਸਿੱਖਣ ਵਾਲਾ ਪ੍ਰੋਸੈਸ ਤੁਹਾਨੂੰ ਕੀ ਲੱਗਦਾ ਹੈ ਇਹ ਥਰੋਅਆਊਟ ਲਾਈਫ ਜਿਹੜਾ ਚੱਲਦਾ ਰਹਿੰਦਾ ਹੈ ਇਹ ਤਾਂ ਜੀ ਨੈਵਰ ਐਂਡਿੰਗ ਪ੍ਰੋਸੈਸ ਹੈ ਜਿਹੜਾ ਬੰਦਾ ਇਹ ਕਹਿੰਦਾ ਵੀ ਮੈਂ ਸਿੱਖ ਲਿਆ ਹੂੰ ਉਹਦਾ ਤਾਂ ਅੰਤ ਹੈ ਕਿਉਂਕਿ ਆਰਟ ਇੱਕ ਐਸੀ ਚੀਜ਼ ਹੈ ਆਰਟਿਸਟ ਪਹਿਲੀ ਗੱਲ ਤਾਂ ਇਹ ਹੈ ਕਿ ਆਰਟਿਸਟ ਪੈਦਾ ਹੁੰਦੇ ਆ ਆਰਟਿਸਟ ਦੁਨੀਆ ਤੇ ਆ ਕੇ ਨਹੀਂ ਬਣਦੇ ਰੱਬ ਬਣਾ ਕੇ ਭੇਜਦਾ ਵੀ ਇਹ ਜਿਹਨੂੰ ਸਿੰਗਿੰਗ ਦਾ ਇਹਦਾ ਉਹਦੇ ਗਲੇ 'ਚ ਉਹ ਫਿੱਟ ਕਰਕੇ ਭੇਜਦਾ ਰੱਬ ਜੇ ਕਿਸੇ ਨੇ ਲਿਖਣਾ ਹੈ ਜਾਂ ਕਿਸੇ ਨੇ ਪੇਂਟਿੰਗ ਬਣਾਣੀ ਹੈ ਕਿਸੇ ਨੇ ਸਕਲਪਟਿੰਗ ਕਰਨੀ ਹੈ ਉਹ ਉੱਪਰੋਂ ਫਿੱਟ ਹੋ ਗਿਆ ਹੁੰਦੇ ਆ ਉਹਦੇ ਅੰਦਰ ਪੁਰਜੇ ਅਲੱਗ ਸੋ ਉਹਨੂੰ ਤਰਾਸ਼ਣਾ ਸਾਡਾ ਫਰਜ਼ ਹੈ ਤੇ ਤਰਾਸ਼ਣ ਦੇ ਲਈ ਗੁਰੂ ਦੀ ਜ਼ਰੂਰਤ ਹੁੰਦੀ ਹੈ ਔਰ ਮੈਨੂੰ ਨਹੀਂ ਲੱਗਦਾ ਕਿ ਇਸ ਦੁਨੀਆ ਤੇ ਕੋਈ ਵੀ ਸ਼ਖਸ ਐਸਾ ਹੋਏਗਾ ਜੋ ਕਹੇਗਾ ਮੈਂ ਸੰਪੂਰਨ ਸਾਡਾ ਕੰਮ ਹੈ ਸਿੱਖਣਾ ਸਿੱਖੀ ਜਾਣਾ ਸਿੱਖੀ ਜਾਣਾ ਸਿੱਖੀ ਜਾਣਾ ਔਰ ਜਿੰਨੇ ਕੁ ਜੋਗੇ ਹੈਗੇ ਆ ਉਹ ਅੱਗੇ ਦੱਸਦੇ ਹੀ ਰਹਿ ਕੀ ਜਿੰਨੀ ਇਹ ਠੀਕ ਹੈ ਇਹ ਗਲਤ ਹੈ ਜਿੰਨੀ ਕੁ ਸਮਝ ਹੈਗੀ ਆ ਬਾਕੀ ਸਿੱਖਣਾ ਤਾਂ ਨੈਵਰ ਐਂਡਿੰਗ ਪ੍ਰੋਸੈਸ ਹੈ ਔਰ ਸਿੱਖਦੇ ਰਹਿਣਾ ਚਾਹੀਦਾ ਹੈ ਬੰਦਾ ਠੀਕ ਰਹਿੰਦਾ ਅੱਛਾ ਕਿੰਨਾ ਪ੍ਰਾਊਡ ਹੁੰਦਾ ਹੈ ਕਿ ਤੁਹਾਡੇ ਫਾਦਰ ਸਾਹਿਬ ਇੰਨਾ ਵੱਡਾ ਨਾਮ ਹੈ ਤੁਹਾਡਾ ਇੰਨਾ ਵੱਡਾ ਨਾਮ ਹੈ ਬਟ ਤੁਹਾਡੇ ਫਾਦਰ ਸਾਹਿਬ ਦੀ ਇੰਨੀ ਜ਼ਿਆਦਾ ਆਰਟਿਸਟ ਰਿਸਪੈਕਟ ਕਰਦੇ ਆ ਹੈਨਾ ਉਸ ਪਿਆਰ ਨੂੰ ਜਦੋਂ ਦੇਖਦੇ ਹੋ ਆਪਣੇ ਫਾਦਰ ਸਾਹਿਬ ਦੇ ਲਈ ਕਿੰਨਾ ਲੱਕੀ ਮਹਿਸੂਸ ਕਰਦੇ ਹੋ ਮੈਂ ਸਭ ਤੋਂ ਪਹਿਲਾਂ ਤਾਂ ਰੱਬ ਦਾ ਹੀ ਸ਼ੁਕਰ ਅਦਾ ਕਰਦਾ ਕਿ ਮੈਂ ਜਦੋਂ ਇਸ ਲਾਈਨ 'ਚ ਆਇਆ ਤੇ ਮੈਨੂੰ ਇੰਨਾ ਕਿ ਰੱਬ ਨੇ ਕੈਪੇਬਲ ਕਰਤਾ ਕਿ ਮੈਂ ਉਹਨਾਂ ਦੀ ਲੇਗੇਸੀ ਨੂੰ ਅੱਗੇ ਲੈ ਕੇ ਜਾ ਸਕਾਂ ਔਰ ਕਮ ਇਦਾਂ ਦਾ ਕੀਤਾ ਲਾਈਫ ਚ ਕਿਉਂਕਿ ਮੇਰੀ ਲਾਈਫ ਚ ਸਭ ਤੋਂ ਵੱਡਾ ਚੈਲੰਜ ਇਹ ਨਹੀਂ ਸੀ ਕਿ ਮੈਂ ਕਾਮਯਾਬ ਹੋਣਾ ਮੇਰਾ ਚੈਲੰਜ ਇਹ ਸੀ ਕਿ ਵੀ ਮੈਂ ਕਾਮਯਾਬ ਇਸ ਤਰੀਕੇ ਨਾਲ ਹੋਣਾ ਕਿ ਕੋਈ ਮੇਰੇ ਫਾਦਰ ਨੂੰ ਇਹ ਨਾ ਕਹੇ ਕਿ ਯਾਰ ਇਹ ਇਹਨਾਂ ਦਾ ਮੁੰਡਾ ਕੀ ਕਰਦਾ ਹਰ ਬੰਦਾ ਜੋ ਵੀ ਕਹੇ ਇਹ ਕਹੇ ਯਾਰ ਇਹ ਉਜਾ ਸਾਹਿਬ ਦਾ ਮੁੰਡਾ ਵਧੀਆ ਕੰਮ ਕਰਦਾ ਮੇਰਾ ਤਾਂ ਇਹੀ ਟਾਰਗੇਟ ਸੀ ਲਾਈਫ ਚ ਜੀ ਸਫਲਸ ਹੋਣਾ ਨਾ ਹੋਣਾ ਉਹ ਸਭ ਬਾਤ ਦੀਆਂ ਗੱਲਾਂ ਤੇ ਮੈਂ ਇਹ ਸਮਝਦਾ ਕਿ ਮੇਰੇ ਤੋਂ ਜ਼ਿਆਦਾ ਖੁਸ਼ਕਿਸਮਤ ਕੌਣ ਹੋ ਸਕਦਾ ਹੈ ਵੀ ਜੋ ਅ ਐਸੇ ਫਾਦਰ ਦੇ ਘਰ ਜਿੱਦਾ ਜਨਮ ਹੋਇਆ ਔਰ ਉੱਥੇ ਅ ਬ੍ਰਿੰਗਿੰਗ ਹੋਈ ਕਿਉਂਕਿ ਉਹਨਾਂ ਨੇ ਕੱਲਾ 뮤직 ਬਾਰੇ ਨਹੀਂ ਦੱਸਿਆ ਉਹਨਾਂ ਨੇ ਜ਼ਿੰਦਗੀ ਬਾਰੇ ਦੱਸਿਆ ਉਹਨਾਂ ਨੇ ਬਹੁਤ ਸਾਧੀਆਂ ਚੀਜ਼ਾਂ ਐਸੀਆਂ ਹੈਗੀਆਂ ਮੇਰੇ ਫਾਦਰ ਪਰਫੈਕਸ਼ਨਿਸਟ ਨੇ ਕਦੇ-ਕਦੇ ਸਾਨੂੰ ਡਰ ਵੀ ਲੱਗਦਾ ਉਸ ਚੀਜ਼ ਤੋਂ ਤੇ ਬਹੁਤ ਸਾਰੀਆਂ ਲਾਈਫ 'ਚ ਐਸੀਆਂ ਚੀਜ਼ਾਂ ਜੋ ਬਾਰੀਕ ਚੀਜ਼ਾਂ ਹੁੰਦੀਆਂ ਜੋ ਅਸੀਂ ਨਾਰਮਲੀ ਮਤਲਬ ਉਹਦੇ ਤੇ ਗੌਰ ਹੀ ਨਹੀਂ ਕਰਦੇ ਤੇ ਉਹ ਚੀਜ਼ਾਂ ਉਹਨਾਂ ਨੇ ਦੱਸੀਆਂ ਕਿ ਇਹ ਇਦਾਂ ਹੁੰਦਾ ਇਹ ਇਦਾਂ ਹੁੰਦਾ ਤਾਂ ਅਸੀਂ ਨੋਟਿਸ ਕੀਤਾ ਅੱਛਾ ਇਹ ਚੀਜ਼ ਇਦਾਂ ਵੀ ਹੋ ਸਕਦੀ ਹੈ ਤੇ ਜੜਕਾ ਪਈਆ ਜਾਂ ਹੋਰ ਪੈਂਦੀਆਂ ਅਜੇ ਵੀ ਪੈਂਦੀਆਂ ਸਾਡਾ ਇਹ ਇਹ ਵੀ ਨੈਵਰ ਐਂਡਿੰਗ ਪ੍ਰੋਸੈਸ ਹੈ ਮੇਰਾ ਤਾਂ ਇਹ ਜ਼ਰੂਰੀ ਵੀ ਹੈ ਉਹ بس ਹੁਣ ਤਾਂ ਉਹ ਐਕਚੁਅਲੀ ਜੇ ਨਾ ਪੈਣ ਨਾ ਝਣਕਾਂ ਤਾਂ ਅਜੀਬ ਜਿਹਾ ਲੱਗਦਾ ਕਿ ਯਾਰ ਬਹੁਤ ਦਿਨ ਹੋ ਗਏ ਝਣਕਾਂ ਨਹੀਂ ਪਈਆਂ ਝਣਕਾਂ ਦੀ ਪਈਆਂ ਸੋ ਉਹਨਾਂ ਦੀਆਂ ਝਣਕਾਂ ਤੋਂ ਤਾਂ ਸਾਰਾ ਕੁਝ ਸਿੱਖਿਆ ਠੀਕ ਹੈ ਪੈਂਦੀਆਂ ਰਹਿਣ ਤਾਂ ਵਧੀਆ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ